ਹਾਂਜੀ ਤੁਸੀਂ ਵੀ ਇੱਥੇ ਹੁਣ ਤੁਹਾਨੂੰ ਜਿਵੇਂ ਵਰਤ ਛੱਡ ਕੇ ਗਏ ਆ, ਮੈਨੂੰ ਇਹ ਦੱਸੋ ਤੁਹਾਡੇ ਨਕਸ਼ੇ 'ਚ ਹੈਗੇ ਵੀ ਬੰਦ ਕਰਨੀ ਆ ਕਿਉਂ ਟਰਨਾ? ਲੋਕ ਇੱਥੋਂ ਵਾਪਸ ਮੁੜਦੇ ਆ, ਇੱਥੇ ਕਿਸੇ ਦਾ ਐਕਸੀਡੈਂਟ ਹੋ ਜੇ, ਕਿਸੇ ਦੀ ਮੌਤ ਹੋ ਜੇ, ਤੁਸੀਂ ਜ਼ਿੰਮੇਵਾਰ ਹੋ? ਭਾਈ ਜ਼ਿੰਮੇਵਾਰੀ ਲੈ ਲਓ, ਮੇਰੀ ਗੱਲ ਸੁਣੋ, ਬੈਰੀਅਰ ਦਾ ਕੀ ਮਤਲਬ, ਇਹ ਕਿਉਂ ਲਾਇਆ? ਸੰਦੀਪ ਖੋਲ ਦੋ, ਬਾਈ ਤੂੰ ਮੇਰੀ ਪਤਾ ਲੱਗਦਾ ਵੀ ਆ ਠੀਕ ਹੈ। ਓਏ ਫੋਟੋ ਕਰਦੀ ਬਾਈ ਦੀ, ਲੈ ਅਸੀਂ ਲੈ ਚੱਲੋ ਬੱਚੀ ਆਪ ਖੋਲਾਂਗੇ ਜੀ ਯਾਰ, ਬੋਲੋ ਯਾਰ ਪੱਟੋ ਲੈ ਲਿਆ ਫੋਟੋ ਮੈਂ ਸਾਰਾ ਕੁਛ ਹੀ ਪੱਟ ਲਓ ਜੀ ਪ੍ਰੈਸ ਨੂੰ ਦੇ ਵੈਸੇ ਖੋਲ ਕੇ ਰੱਖ ਦੋ ਰੱਸੀ, ਉਹ ਨਾ ਕਰੋ ਫਿੱਟੋ ਨਾ, ਖੋਲ ਦੋ ਮੰਨ ਲੈਣਗੇ ਨਹੀਂ ਨਹੀਂ ਜਦੋਂ ਕਹਿਤਾ ਐਮ ਐਲ ਏ ਸਾਹਿਬ ਨੇ ਆਰਾਮ ਨਾਲ ਖੋਲ ਲਓ, ਦੋ ਮਿੰਟ ਲੱਗ ਜਾਣਗੇ, ਖੋਲ ਲਓ ਖੋਲ ਲਓ ਆਰਾਮ। ਰੱਸੀ ਲਾ ਦੋ ਕਾਹਨੂੰ ਢੋਲ ਐਵੇਂ ਮੂਹਰੇ ਪਿੰਡ ਟੇਡਾ ਕਰਕੇ ਦਸੜ ਦੇ ਆਰਾਮ ਨਾਲ ਖੋਲ ਦੋ ਪੰਜਾਬ ਚ ਕਿਸੇ ਟੋਲ ਤੇ ਵੀ ਇਹੀ ਗੱਲ ਕਹੀ ਹੈ ਜੀ ਇਹਨਾਂ ਨੂੰ ਅਸੀਂ। ਹੁਣ ਮੰਨ ਲਓ ਇੱਥੋਂ ਕਿਸੇ ਨੇ ਇਹਨਾਂ ਦੇ ਖੇਤ ਆ ਸਾਰੇ ਹਰੀਗੜ੍ਹ ਦੇ ਖੇਤ, ਕਿਸੇ ਨੇ ਭੂਰਿਆਂ ਨੂੰ ਜਾਣਾ ਐਕਸੀਡੈਂਟ ਹੋਈ ਆਈ ਤੇ ਮੇਰੇ ਦੋਸਤ ਨੂੰ
ਆਪਣਾ ਹੋਣਾ ਸੀ ਫਿਰ ਜਦੋਂ ਇੱਧਰ ਵੀ ਬੰਦ ਕਰੀ ਬੈਠੇ ਇੱਥੋਂ ਆ ਕੇ ਟੈਕਸ ਕਰ ਲੈਂਦੇ ਬਹੁਤ ਵਧੀਆ ਜੀ। ਮੈਂ ਤੁਹਾਡੀ ਨਾ ਜਿਹੜੀ ਆ ਯੂ ਟਰਨ ਤੁਸੀਂ ਇਹ ਲਾਈ ਹੈ ਬੰਦ ਕਰਵਾ ਕੇ ਜਾ ਰਿਹਾ ਪੰਥੂ ਕੇ ਵਿੱਚ ਤੁਸੀਂ ਨੂੰ ਭਰਵਾ ਕੇ ਜਾ ਰਿਹਾ ਜਿਹੜੀ ਤੁਸੀਂ ਨਾ ਯੂ ਟਰਨ ਬੰਦ ਕਰ ਦਿੱਤੀ ਇਹਨੂੰ ਨਾ ਮੈਂ ਖਲਵਾ ਕੇ ਚੱਲਿਆ ਇਹਨੂੰ ਦੁਬਾਰਾ ਬੰਦ ਨਾ ਕਰਿਓ ਨਹੀਂ 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 ਮੇਰੀ ਮੇਰੀ ਗੱਲ ਸੁਣੋ ਐਕਸੀਡੈਂਟ ਨਾ ਜਿਹੜਾ ਤੁਸੀਂ ਬੰਦ ਕੀਤਾ ਇਹਦੇ ਨਾਲ ਐਕਸੀਡੈਂਟ ਹੋ ਰਿਹਾ ਲੋਕ ਕਿੱਥੇ ਤੋਂ ਯੂ ਟਰਨ ਮਾਰ ਕੇ ਜਾਣਾ ਕਿੱਥੇ ਥੋਂ ਹੀ ਵਾਪਸ ਜਾਂਦੇ ਆ ਉਹ ਦੇ ਮੇਰੀ ਗੱਲ ਸੁਣੋ ਉਹ ਸਰਕਾਰੀ ਸੜਕ ਆ ਉਦੋਂ ਵੀ ਤੁਸੀਂ ਰੋਕ ਨਹੀਂ ਸਕਦੇ ਉਹ ਵੀ ਜਿਹੜੀ ਭੂਰਿਆਂ ਵਾਲੀ ਸੜਕ ਵੀ ਉਹ ਵੀ ਸਰਕਾਰੀ ਹੈ ਠੀਕ ਹੈ ਪਿੰਡਾਂ ਨੂੰ ਇਤਰਾਜ਼ ਹੋ ਸਕਦਾ ਤੁਹਾਨੂੰ ਇਤਰਾਜ਼ ਕਰਨ ਦੀ ਕੀ ਲੋੜ ਆ ਬਈ ਪੂਰੇ ਪਿੰਡ ਵਾਲੇ ਇਤਰਾਜ਼ ਕਰਨ ਠੀਕ ਹੈ ਤੁਹਾਨੂੰ ਕੀ ਇਤਰਾਜ਼ ਹੈ ਸਰਕਾਰੀ ਸੜਕ ਆ ਉਹ ਬਸ ਮੈਂ ਤੁਹਾਨੂੰ ਦੱਸ ਕੇ ਚੱਲਿਆ ਇਹ ਇੱਥੇ ਤੁਸੀਂ ਇਹਨੂੰ ਯੂ ਟਰਨ ਬੰਦ ਨਹੀਂ ਕਰਨਾ ਨਹੀਂ ਮੈਂ ਇੱਥੇ ਆ ਕੇ ਬੈਠੂੰਗਾ ਜੇ ਹੁਣ ਤੁਸੀਂ ਯੂ ਟਰਨ ਬੰਦ ਕੀਤੀ ਮੈਂ ਤੁਹਾਨੂੰ ਦੱਸਦਾ ਜਿਹਦੇ ਲਈ ਹੋਰ ਇੱਥੋਂ ਕੀ ਪਸ਼ੂ ਲੰਘਦੇ ਆ ਲੋਕ ਹੀ ਲੰਘਦੇ ਹੋਰ ਕੋਈ ਲੰਘਦਾ ਹਾਂ ਹਾਂ ਬਸ ਤੁਹਾਨੂੰ ਕਹਿਤਾ ਇਹ ਯੂ ਟਰਨ ਹੈ ਜਿਹੜੀ ਇਹ ਬੰਦ ਨਹੀਂ ਕਰਨੀ ਆਮ ਪਾਰਟੀ ਜਿੰਦਾਬਾਦ ਬਿਊਰੋ ਰਿਪੋਰਟ ਆਵਾਜ਼ੀ ਕੰਮ ਟੀਵੀ।